हाँ जी, गुड इवनिंग ऑल ऑफ यू, हैप्पी दिवाली डियर, ग्रीन दिवाली, सेफ दिवाली, सक्सेसफुल दिवाली। ओके डियर, सारिया नू दिवाली दियां बहुत बहुत मुबारकां बच्चे, खूब सारिया जिहड़ियां खुशियां है जिहड़ियां तुसीं वंडो इस दिवाली ते खूब सारिया जिहड़ियां मेहनतां है, ਵਾਹਿਗੁਰੂ ਹਮੇਸ਼ਾ ਤੁਹਾਨੂੰ ਜਿਹੜੀਆਂ ਮਿਹਨਤਾਂ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਤੇ ਰਾਜੇ ਉਹ ਜਿਹੜਾ ਆਪਣਾ ਮੰਜ਼ਿਲ ਤੱਕ ਪਹੁੰਚਣ ਦਾ ਹੌਸਲਾ ਜ਼ਰੂਰ ਬਖਸ਼ੇ ਕਿ ਆਪਾਂ ਹਾਰਨਾ ਨਹੀਂ ਹੈ, ਰੁਕਣਾ ਨਹੀਂ ਹੈ, ਥੱਕਣਾ ਨਹੀਂ ਹੈ, ਜਦ ਤੱਕ ਆਪਾਂ ਉਦੋਂ ਤੱਕ ਆਪਣਾ ਜਿਹੜਾ ਡ੍ਰੀਮ ਰਾਜਪਥ ਤੇ ਚੱਲਾਂਗੇ ਜਦੋਂ ਤੱਕ ਆਪਾਂ ਆਪਣੀ ਮੰਜ਼ਿਲ ਨੂੰ ਪਾ ਨਹੀਂ ਲਵਾਂਗੇ। ਓਕੇ ਜੀ, ਆਪਾਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਨਹੀਂ ਲਵਾਂਗੇ ਤਾਂ ਡੀਅਰ ਸਟੂਡੈਂਟ, ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ, ਤੁਹਾਡੀ ਫੈਮਿਲੀ ਨੂੰ ਔਰ ਤੁਹਾਡੇ ਰਿਲੇਟਿਵ ਨੂੰ। ਡੀਆਰ, ਆ ਜੋ ਮੈਂ ਮੰਗਤ ਸਰ, ਜੋ ਆਪਣਾ ਸੈਸ਼ਨ ਨੰਬਰ 34 ਹੈ, ਦੀਵਾਲੀ ਵਾਲੇ ਦਿਨ ਵੀ ਤੁਹਾਡੇ ਨਾਲ ਰੂਬਰੂ ਸਾਂਝਾ। ਦੇਖੋ ਰਾਜੇ, ਜੇ ਤੁਸੀਂ ਹੋ ਤਾਂ ਅਸੀਂ ਹਾਂ, ਤੁਸੀਂ ਹੋ ਤਾਂ ਅਸੀਂ ਹਾਂ, ਸਾਡੀ ਪਛਾਣ ਕੌਣ ਹੈ? ਇਹ ਪਿਆਰੇ ਪਿਆਰੇ ਸਟੂਡੈਂਟ, ਇਹ ਪਿਆਰੇ ਪਿਆਰੇ ਬੱਚੇ ਜੋ ਇਸ ਵਕਤ ਕਲਾਸ ਦੇਖ ਰਹੇ ਨੇ, ਰਾਜੇ ਉਹਨਾਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਹੈਪੀ ਦੀਵਾਲੀ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਰਾਜੇ, ਸੈਸ਼ਨ ਨੰਬਰ NCERT ਦਾ ਜੋ ਤੁਹਾਡੇ ਭਰਾ ਨੇ ਇੱਕ ਸੀਰੀਜ਼ ਸ਼ੁਰੂ ਕੀਤੀ ਸੀ, ਉਹਦੇ ਵਿੱਚ ਆਪਾਂ ਅੱਜ 34 ਨੰਬਰ ਤੇ ਪਹੁੰਚ ਗਏ ਹਾਂ ਰਾਜੇ, 34 ਨੰਬਰ ਤੇ। ਆਪਾਂ 8th ਤੋਂ ਬਾਅਦ 9th ਤੱਕ ਕਲੀਅਰ ਕਰਕੇ ਆਹ ਸੈਸ਼ਨ ਆਪਣਾ 10th ਕਲਾਸ ਤੱਕ ਪਹੁੰਚ ਚੁੱਕਿਆ ਰਾਜੇ। 10th ਕਲਾਸ ਤੱਕ ਦਾ ਥਿਊਰੀ ਦਾ ਜੋ ਆਪਣਾ ਵਾਅਦਾ ਸੀ ਉਹ ਵੀ ਜ਼ਰੂਰ ਪੂਰਾ ਹੋਊਗਾ, ਜ਼ਰੂਰ ਪੂਰਾ ਹੋਊਗਾ। ਕੁਐਸਚਨ ਨੰਬਰ 1 ਦੀ ਆਪਾਂ ਗੱਲ ਕਰਦੇ ਹਾਂ ਰਾਜੇ, PS ਟੈਟ ਦੀ ਤਿਆਰੀ ਜਿਨ੍ਹਾਂ ਨੇ ਹਜੇ ਵੀ ਨਹੀਂ ਸ਼ੁਰੂ ਕੀਤੀ ਤਾਂ ਰੈਪਿਡ ਬੈਚ ਇੱਕ ਜਿਹੜਾ ਟੈਟ ਬਜਰ ਅਕੈਡਮੀ ਵੱਲੋਂ ਚਲਾਇਆ ਗਿਆ ਸੀਗਾ, ਉਸ ਤੋਂ ਬਾਅਦ ਅਚੀਵਰ ਬੈਚ ਹੈ ਤੇ ਰਿਕਾਰਡਿਡ ਜਿਹਦੇ ਵਿੱਚ ਕਲਾਸਾਂ ਹੈ, ਤੁਸੀਂ ਜੁਆਇਨ ਕਰਕੇ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੋ। ਹਾਂਜੀ, ਅਮਰੀਕਾ ਵਿੱਚ ਨਾਗਰਿਕ ਅਧਿਕਾਰ ਅਧਿਨਿਯਮ ਕਦੋਂ ਸ਼ੁਰੂ ਹੋਇਆ ਸੀ? ਅਤਿ ਮਹੱਤਵਪੂਰਨ ਕੁਐਸਚਨ ਹੈ ਰਾਜੇ। ਦੇਖੋ, ਰੋਜ਼ਾ ਪਾਰਕਸ 1 December 1955, ਰੋਜ਼ਾ ਪਾਰਕਸ ਰਾਜੇ, ਰੋਜ਼ਾ ਪਾਰਕਸ 1950 ਤੋਂ ਅੰਦੋਲਨ ਸ਼ੁਰੂ ਹੋਇਆ ਤੇ ਰੋਜ਼ਾ ਪਾਰਕਸ ਜਿਹਦੇ ਬਾਰੇ ਆਪਣਾ ਕੁਐਸਚਨ ਪੁੱਛਿਆ ਗਿਆ ਸੀ 30 May PS ਟੈਟ ਦੇ ਵਿੱਚ, ਰੋਜ਼ਾ ਪਾਰਕਸ ਰਾਜੇ, ਰੋਜ਼ਾ ਪਾਰਕਸ ਹੈ ਜੋ ਬੱਚੇ, ਇਹਨਾਂ ਦਾ ਰੋਜ਼ਾ ਪਾਰਕਸ ਦਾ ਕਿਹਾ ਸੀਗਾ ਕਿ ਇਹਨਾਂ ਨੇ 1 December 1955 ਨੂੰ ਗੋਰੇ ਲੋਕ ਨੂੰ ਸੀਟ ਦੇਣ ਤੋਂ ਮਨਾ ਕਰ ਦਿੱਤਾ, ਉੱਥੋਂ ਰਾਜੇ ਇਹ ਅੰਦੋਲਨ ਛਿੜ ਪਿਆ ਸੀਗਾ। ਇਹ ਅੰਦੋਲਨ ਕੀ ਸੀਗਾ? ਰੰਗ ਭੇਦ ਨੀਤੀ ਨੂੰ ਲੈ ਕੇ ਰਾਜੇ। ਇਹ ਭੇਦ ਕਿਸ ਦੇ ਨਾਮ ਤੇ ਹੁੰਦਾ ਸੀਗਾ? ਚਮੜੀ ਦੇ ਆਧਾਰ ਤੇ, ਚਮੜੀ ਦੇ ਆਧਾਰ ਤੇ ਭੇਦਭਾਵ ਹੁੰਦਾ ਸੀ। ਇਹਦੇ ਵਿੱਚ ਕਾਲੇ ਅਤੇ ਗੋਰੇ ਲੋਕ ਸੀਗੇ, ਜਿਹਦੇ ਵਿੱਚ ਰਾਜੇ ਅਫਰੀਕਨ ਕੀ ਸੀਗੇ, ਅਫਰੀਕਨ ਜਿਹੜੇ ਸੀਗੇ ਗੋਰੇ ਸੀਗੇ ਉਹ ਬੋਲਦੇ ਸੀਗੇ ਅਫਰੀਕਨ ਭਾਸ਼ਾ, ਅਤੇ ਕਾਲੇ ਲੋਕ ਕਿਹੜੀ ਭਾਸ਼ਾ ਬੋਲਦੇ ਸੀਗੇ? ਯੂਲੂ ਭਾਸ਼ਾ ਬੋਲਦੇ ਸੀ ਰਾਜੇ। ਤੇ ਇਹਦੇ ਲਈ ਰੰਗ ਭੇਦ ਨੀਤੀ ਸੀ। ਇਹਦੇ ਲਈ ਨੈਨਸਨ ਮੰਡੇਲਾ ਨੂੰ 1964 ਵਿੱਚ ਗ੍ਰਿਫਤਾਰੀ ਤੇ 7 ਹੋਰ ਨੇਤਾ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ। ਨੈਨਸਨ ਮੰਡੇਲਾ ਸਾਹਿਬ 28 ਜੇਲ੍ਹ 'ਚ ਰਹਿ ਕੇ ਆਏ। ਕਰੋ ਬੱਚੇ ਦਾ ਆਨਸਰ ਕਰੋ ਜੀ। ਹਾਂਜੀ, 1964 ਦੇ ਵਿੱਚ ਰਾਜੇ 3 ਗੱਲਾਂ ਯਾਦ ਰੱਖਣੀਆਂ, ਪੂਰਾ ਬੋਰਡ ਪਰਤਾ ਪਰ 3 ਗੱਲਾਂ ਯਾਦ ਰੱਖਣੀਆਂ ਮੈਂ ਇੱਥੇ ਲਿਖ ਰਿਹਾ। ਇੱਕ ਨਸਲ, ਇੱਕ ਰਾਜੇ ਜਨਮ ਸਥਾਨ, ਤੇ ਇੱਕ ਰਾਜੇ ਆਪਣੇ ਮੂਲ ਸਥਾਨ।
ਓਕੇ ਜੀ, ਮੂਲ ਸਥਾਨ ਦੇ ਨਾਮ ਤੇ ਕਿਸੇ ਵਿਅਕਤੀ ਨਾਲ ਭੇਦਭਾਵ ਨਹੀਂ ਕੀਤਾ ਜਾਏਗਾ। ਕੁਐਸਚਨ ਨੰਬਰ ਸੈਕਿੰਡ, ਕਿਸ ਅਧਿਨਿਯਮ ਦੇ ਤਹਿਤ ਅਪਹਿਜ ਵਿਅਕਤੀਆਂ ਲਈ ਜਨਤਕ ਸਥਾਨਾਂ ਜਿਵੇਂ ਕਿ ਭਵਨ, ਸਕੂਲਾਂ, ਕਾਲਜਾਂ, ਹਸਪਤਾਲਾਂ ਆਦਿ ਦੀਆਂ ਢਲਾਨਾਂ ਤੇ ਬਣਾਈਆਂ ਜਾਣ ਵਾਲੀਆਂ ਚਾਹੀਦੀਆਂ ਸਨ, ਉਹ ਆਸਾਨੀ ਨਾਲ ਸਥਾਨ ਤੇ ਪਹੁੰਚ ਸਕਣ। ਰਾਜੇ, ਕੁਐਸਚਨ ਇਹ ਹੈ ਕਿ ਅੰਡਰ ਵਿਚ ਐਕਟ ਰੈਂਪ ਸ਼ੁੱਡ ਬੀ ਦਾ ਕੰਸਟ੍ਰਕਟਡ ਫੋਰ ਡਿਸਬਲਡ ਪਰਸਨ। ਰਾਜੇ, ਜਿਹੜੇ ਆਪਾਂ ਡਿਸਬਲਟ ਹੈ, ਜਿਹੜੇ ਪਰਸਨ ਅਪਾਹਿਜ ਹੈ, ਜਿਹਨਾਂ ਲਈ ਆਪਾਂ ਅੱਜ ਇੱਕ ਸ਼ਬਦ ਦਾ ਪ੍ਰਯੋਗ ਕਰਦੇ ਹਾਂ, ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ, ਪਬਲਿਕ ਪਲੇਸ ਲਾਈਕ ਬਿਲਡਿੰਗ, ਸਕੂਲ, ਹੋਸਪਿਟਲ ਐਕਸਟਰਾ। ਰਾਜੇ, ਤੁਸੀਂ ਦੇਖਿਆ ਹੋਣਾ ਕਿ ਜਿੱਥੇ ਸੀੜੀਆਂ ਬਣੀਆਂ ਹੁੰਦੀਆਂ, ਸੀੜੀਆਂ ਦੇ ਨਾਲ ਢਲਾਣ ਬਣੀ ਹੁੰਦੀ ਆ, ਇਹ ਕਿਸ ਐਕਟ ਦੇ ਰਾਹੀਂ ਬੱਚੇ ਜਾਰੀ ਹੋਇਆ ਸੀ? ਸ਼ਾਬਾਸ਼ ਰਾਜੇ, ਸ਼ਾਬਾਸ਼ ਜਿਨ੍ਹਾਂ ਨੇ ਸੀ ਆਪਸ਼ਨ ਆਨਸਰ ਕੀਤਾ ਹੈ, ਰਾਈਟ ਆਫ ਪਰਸਨ ਵਿਦ ਡਿਸੇਬਿਲਟੀ ਐਕਟ 2016। ਰਾਜੇ, ਪੀ ਐਸ ਟੈਟ ਵਾਲਿਓ, ਇਹ ਸਾਈਕੋ ਦੀ ਤਰਫ ਤੋਂ ਵੀ ਕੁਐਸਚਨ ਪੁੱਛਿਆ ਜਾਂਦਾ ਹੈ, ਇਹਨੂੰ ਮੋਸਟ ਪੁਆਇੰਟ ਲਗਾ ਕੇ ਲਿਖ ਲੈਣਾ, ਇਹ ਪੋਲਿਟੀ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਇਹਦੇ ਰਾਜੇ 101% ਕੁਐਸਚਨ ਦੇ ਪੇਪਰ ਵਿੱਚ, ਪੀ ਐਸ ਟੈਟ ਵਿੱਚ ਛਪਣ ਦੇ ਚਾਂਸ ਹੈ ਬੱਚੇ, ਇਹਨੂੰ ਤੁਸੀਂ ਯਾਦ ਰੱਖਣਾ, ਧਿਆਨ ਵਿੱਚ ਇਸ ਕੁਐਸਚਨ ਨੂੰ ਰੱਖਣਾ। ਕੁਐਸਚਨ ਨੰਬਰ 3, ਖਬਰ ਲਹਿਰੀਆ ਦੇ ਸੰਦਰਭ ਵਿੱਚ ਹੇਠ ਲਿਖੇ ਕਥਨਾਂ ਤੇ ਗੌਰ ਕਰੋ। ਓਕੇ ਜੀ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਇਨ ਦਾ ਕੰਸੈਪਟ ਆਫ ਦਾ ਖਬਰ ਲਹਿਰੀਆ ਨਿਊਜ਼ ਪੇਪਰ। ਇਹ ਨਿਊਜ਼ ਪੇਪਰ ਨੇਮਡ ਇਹ ਖਬਰ ਲਹਿਰੀਆ ਸਾ ਪਬਲਿਸ਼ਡ ਐਵਰੀ ਫੋਰਨਾਈਟ ਬਾਈ ਏ 8 ਦਲਿਤ ਵੂਮੈਨ ਆਫ ਏ ਚਿਤਰਕੂਟ ਡਿਸਟ੍ਰਿਕਟ ਆਫ ਦਾ ਉੱਤਰ ਪ੍ਰਦੇਸ਼। ਉਹ ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੀਆਂ 8 ਦਲਿਤ ਔਰਤਾਂ ਵੱਲੋਂ ਹਰ 15 ਦਿਨਾਂ ਬਾਅਦ ਖਬਰ ਲਹਿਰੀਆ ਦਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਇਸ ਅਖਬਾਰ ਵਿੱਚ ਦਲਿਤਾਂ ਦੇ ਮੁੱਦਿਆਂ, ਔਰਤਾਂ ਵਿਰੁੱਧ ਹਿੰਸਾ, ਰਾਜਨੀਤਿਕ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਖਬਰਾਂ ਸ਼ਾਮਲ ਹੁੰਦੀਆਂ ਸਨ ਤੇ ਇਹ ਅਖਬਾਰ ਸਥਾਨਕ ਭਾਸ਼ਾ ਬੁੰਦੇਲੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਪਿਆਰੇ ਬੱਚੋ, ਇਹਦੇ ਵਿੱਚੋਂ ਦੱਸੋ ਕਿਹੜੀ ਸਟੇਟਮੈਂਟ ਸਹੀ ਹੈ? ਵੈਰੀ ਗੁੱਡ, ਸ਼ਾਬਾਸ਼ ਰਾਜੇ, ਸ਼ਾਬਾਸ਼। ਤੀਜੇ ਦਾ ਡੀ ਆਪਸ਼ਨ ਹੈ, ਆਲ ਆਫ ਦਾ ਅਬਵ। ਤੁਹਾਡੇ ਸਾਰੇ ਹੀ ਆਪਸ਼ਨ ਸਹੀ ਹਨ ਰਾਜੇ। ਇਹ ਕਿਹਦੇ ਵੱਲੋਂ ਕੱਢਿਆ ਜਾਂਦਾ ਸੀ? 8 ਵੂਮੈਨ ਸੀਗੀਆਂ, ਉਹ 8 ਵੂਮੈਨ ਕੌਣ ਸੀਗੀਆਂ? ਦਲਿਤ ਸੀਗੀਆਂ। ਇਹ ਕਿੱਥੋਂ ਦੀਆਂ ਰਹਿਣ ਵਾਲੀਆਂ ਸਨ? ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ ਤੇ ਕਿਹੜੀ ਭਾਸ਼ਾ ਦੇ ਨਾਲ ਸੀ ਰਾਜੇ? ਆ ਭਾਸ਼ਾ ਯਾਦ ਰੱਖਿਆ ਜੇ, ਬੁੰਦੇਲੀ ਭਾਸ਼ਾ ਦੇ ਵਿੱਚ ਖਬਰ ਲਹਿਰੀਆ ਅਖਬਾਰ ਕੱਢਿਆ ਜਾਂਦਾ ਸੀ ਪਿਆਰੇ ਬੱਚੋ। ਚਲੋ ਜੀ, ਮੂਵ ਕਰਦੇ ਹਾਂ ਸੈਕਿੰਡ ਕੁਐਸਚਨ ਵੱਲ। ਰਾਜੇ, ਜਿਹੜਾ ਤੁਸੀਂ ਟੈਟ ਬਜਰ ਅਕੈਡਮੀ ਦੇ ਟੈਲੀਗ੍ਰਾਮ, ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਰਾਜੇ, ਕੁਝ ਫ੍ਰੀ ਕਲਾਸੀ ਚੱਲ ਰਹੀਆਂ, ਪੰਜਾਬੀ ਪੈਡਾਗੋਜੀ, 6:15 ਵਜੇ ਆਪਣੀ ਵਨ ਲਾਈਨਰ ਪੋਲਿਟੀ, 6:30 ਸਾਇੰਸ, 11:30 ਪੰਜਾਬੀ, 3:15 ਹਿਸਟਰੀ, 4:15 ਸਾਇੰਸ, 7:00 ਮੈਥ, 7:05 ਤੇ ਪੋਲਿਟੀ ਤੇ 8:00 PM ਇੰਗਲਿਸ਼, EVS ਤੇ CDP। ਓਕੇ ਡੀਅਰ, ਚਲੋ ਜੀ। ਕਥਨ, ਵੈਨ ਦਾ ਗੌਰਮੈਂਟ ਪ੍ਰੋਵਿਜ਼ਨ ਐਨੀ ਪੀਸ ਆਫ ਨਿਊਜ਼ ਸਾਇੰਸ ਫਰੋਮ ਏ ਫਿਲਮ ਔਰ ਐਨੀ ਐਕਸਪ੍ਰੈਸ਼ਨ ਇਨ ਏ ਸੌਂਗ ਫਰੋਮ ਦਾ ਰੀਚਿੰਗ ਦਾ ਪਬਲਿਕ, ਇਟ ਕੈਲਿਡ ਦਾ ਸੈਂਸਰਸ਼ਿਪ। ਰਾਜੇ, ਯਾਦ ਕਰਿਆ ਜੇ ਪਿਛਲੇ ਪੀਸ ਟੈਟ ਨੂੰ ਸੈਂਸਰਸ਼ਿਪ ਦਾ ਕੁਐਸਚਨ ਪੁੱਛਿਆ ਸੀਗਾ। ਦੇਖੋ ਰਾਜੇ, ਸੈਂਸਰਸ਼ਿਪ ਹੁੰਦਾ ਕੀ ਹੈ? ਜਦੋਂ ਸਰਕਾਰ ਖਬਰ ਦੇ ਕਿਸੇ ਟੁਕੜੇ, ਫਿਲਮ ਦੇ ਕਿਸੇ ਦ੍ਰਿਸ਼ ਜਾਂ ਗੀਤ ਦੇ ਕਿਸੇ ਪ੍ਰਗਟਾਵੇ ਤੇ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਦੀ ਹੈ, ਇਸ ਨੂੰ ਸੈਂਸਰਸ਼ਿਪ ਕਿਹਾ ਜਾਂਦਾ ਹੈ। ਰਾਜੋ, ਜਦੋਂ ਕੋਈ ਨਿਊਜ਼ ਛਪੀ,
ਉਸ ਨਿਊਜ਼ ਦੇ ਟੁਕੜੇ ਨੂੰ ਗੌਰਮੈਂਟ ਨੇ ਰੋਕ ਲਿਆ, ਜਾਂ ਕੋਈ ਫਿਲਮ ਦੇ ਦ੍ਰਿਸ਼ ਨੂੰ ਕੱਟਤਾ, ਸੌਂਗ ਦੇ ਦ੍ਰਿਸ਼ ਨੂੰ ਕੱਟਤਾ, ਕੋਈ ਨਾਟਕ ਦੇ ਦ੍ਰਿਸ਼ ਨੂੰ ਕੱਟਤਾ, ਤਾਂ ਇਹ ਜਦੋਂ ਸਰਕਾਰ ਰੋਕ ਲਗਾਉਂਦੀ, ਇਸ ਰੋਕ ਨੂੰ ਰਾਜੇ ਰਾਜਨੀਤਿਕ ਸੰਵਿਧਾਨਿਕ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ, ਸੈਂਸਰਸ਼ਿਪ ਕਿਹਾ ਜਾਂਦਾ ਹੈ। ਅਤੇ ਰਾਜੇ ਯਾਦ ਕਰੋ 25 ਜੂਨ 1975 ਜਦੋਂ ਐਮਰਜੈਂਸੀ ਲੱਗੀ ਸੀ, ਇੰਦਰਾ ਜੀ ਦੀ ਸਰਕਾਰ, ਕਾਂਗਰਸ ਦੀ ਸਰਕਾਰ ਸੀ 1977 ਤੱਕ, ਉਦੋਂ ਰਾਜੇ ਇਸ ਸੈਂਸਰਸ਼ਿਪ ਦਾ ਸਰਕਾਰ ਨੇ ਸਭ ਤੋਂ ਵੱਧ ਪ੍ਰਯੋਗ ਕੀਤਾ ਸੀਗਾ। ਦੇਖੋ ਰਾਜੇ, 1975 ਤੋਂ 77 ਇਤਿਹਾਸ ਵਿੱਚ ਅਜਿਹੇ ਮੌਕੇ ਆਏ ਸਨ ਜਦੋਂ ਸਰਕਾਰ ਨੇ ਮੀਡੀਆ ਨੂੰ ਸੈਂਸਰ ਕੀਤਾ। ਇਸ ਵਿੱਚ ਸਭ ਤੋਂ ਮਾੜਾ ਸਮਾਂ 1975 ਤੇ ਤੋਂ ਲੈ ਕੇ 77 ਦਾ ਆਪਾਤਕਾਲ ਸੀਗਾ। ਤੁਸੀਂ ਦੱਸਣਾ ਹੈ ਵੀ ਜਿਹੜਾ ਆਂਸਰ ਯੂਜ਼ਿੰਗ ਦਾ ਫੋਲੋਇੰਗ ਆਪਸ਼ਨ, ਰਾਜੇ ਕੋਰੈਕਟ ਆਪਸ਼ਨ ਦੱਸਣੀ ਹੈ, ਕਿਹੜੀ ਆਪਸ਼ਨ ਸਹੀ ਹੈ। ਵੈਰੀ ਵੈਰੀ ਗੁੱਡ, ਸ਼ਾਬਾਸ਼ ਬੱਚੇ, ਸਭ ਨੂੰ ਹੈਪੀ ਦੀਵਾਲੀ। ਹੈਪੀ ਦੀਵਾਲੀ ਰਾਜੇ, ਹੈਪੀ ਦੀਵਾਲੀ, ਸਕਸੈਸਫੁਲ ਦੀਵਾਲੀ, ਡ੍ਰੀਮਫੁਲ ਦੀਵਾਲੀ ਰਾਜੇ, ਤੁਹਾਡੇ ਸੁਪਨਿਆਂ ਨੂੰ ਪੂਰੀ ਕਰਨ ਵਾਲੀ ਦੀਵਾਲੀ। ਬੋਥ ਦਾ ਸਟੇਟਮੈਂਟ ਐਂਡ ਦਾ ਰੀਜਨ ਆਰ ਕੋਰੈਕਟ, ਐਂਡ ਦਾ ਰੀਜਨ ਸਪੋਰਟ ਦਾ ਸਟੇਟਮੈਂਟ, ਕਥਨ ਅਤੇ ਕਾਰਨ ਦੋਵੇਂ ਰਾਈਟ ਹੈ, ਇਹ ਜਿਹੜਾ ਹੈ ਉਹਦੀ ਵਿਆਖਿਆ ਕਰਦਾ ਹੈ। ਕੁਐਸਚਨ ਨੰਬਰ 5, ਕੰਸੀਡਰ ਦਾ ਫੋਲੋਇੰਗ ਇਨ ਦਾ ਕੰਟੈਕਸਟ ਆਫ ਦਾ ਇੰਡੀਅਨ ਕੰਸਟੀਟਿਊਸ਼ਨ, ਭਾਰਤੀ ਸੰਵਿਧਾਨ ਦੇ ਸੰਦਰਭ ਵਿੱਚ ਹੇਠ ਦਿੱਤੇ ਕਥਨਾਂ ਤੇ ਵਿਚਾਰ ਕਰੋ। ਭਾਰਤੀ ਸੰਵਿਧਾਨ ਵਿੱਚ ਅਲਪ ਸੰਖਿਅਕ ਵਰਗਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਸੰਘਵਾਦ ਦਾ ਅਰਥ ਹੈ ਦੇਸ਼ ਵਿੱਚ ਇੱਕ ਤੋਂ ਵੱਧ ਪੱਧਰਾਂ ਦਾ ਸਰਕਾਰ ਦਾ ਹੋਣਾ। ਦੱਸੋ ਇੱਕ ਸਹੀ ਹੈ, ਦੋ ਸਹੀ ਹੈ, ਦੋਵੇਂ ਸਹੀ ਹੈ, ਜਾਂ ਸਾਰੇ ਸਹੀ ਹੈ, ਇਹਦਾ ਰਾਈਟ ਆਂਸਰ ਕਰੋ ਬੱਚੇ। ਹਾਂਜੀ ਬਿਲਕੁਲ ਰਾਜੇ, ਜਿਹੜਾ NCERT 6 ਤੋਂ ਲੈ ਕੇ 10th ਤੱਕ ਦੀਆਂ ਬੁੱਕਾਂ ਹੈ ਪੋਲੀਟੀ ਦੀਆਂ, ਉਹਦੇ ਵਿੱਚੋਂ ਸਾਰੇ ਸੈਸ਼ਨ ਕਰਵਾਏ ਆ ਬੱਚੋ, PSTET ਵਾਲਿਓ। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਤੁਹਾਡਾ ਪੇਪਰ ਇੱਕ ਟੀਚਰ ਬਣਨ ਦੇ ਲਈ ਹੈ। ਅਤੇ ਰਾਜੇ ਸਕੂਲ ਦੇ ਵਿੱਚ ਤੁਸੀਂ ਟੀਚਰ ਬਣਨ ਲਈ ਜਾ ਰਹੇ ਹੋ, ਤਾਂ ਰਾਜੇ ਤੁਹਾਡੇ ਸਿਲੇਬਸ ਦੇ ਵਿੱਚ ਵੀ SCERT ਐਂਡ SCERT ਐਂਡ NCERT ਲਿਖਿਆ ਹੋਇਆ, ਇਹ ਯਾਦ ਰੱਖਣਾ। ਅਤੇ PSTET ਵਾਲੇ ਬੱਚੋ, ਇਹ ਵੀ ਨਾ ਭੁੱਲਣਾ ਕਿ ਬਹੁਤ ਜਲਦ NCERT 6 ਕਲਾਸ ਤੋਂ ਸ਼ੁਰੂ ਕਰਕੇ ਮੈਂ EVS ਪਲੱਸ NCERT ਜੋ ਪੇਪਰ 1 ਪੇਪਰ 2 ਦੋਵਾਂ ਦੇ ਲਈ ਹੈਲਪਫੁੱਲ ਹੈ, EVS ਪਲੱਸ ਜੋਗ੍ਰਾਫੀ ਦਾ ਸੈਸ਼ਨ ਬਹੁਤ ਜਲਦ ਆ ਰਿਹਾ ਰਾਜੇ, ਬਹੁਤ ਜਲਦ ਆ ਰਿਹਾ। ਦੀਵਾਲੀ ਤੋਂ ਬਾਅਦ ਇਹ ਤੁਹਾਡੇ ਲਈ ਬਹੁਤ ਵੱਡਾ ਰਾਜੇ ਜੀ ਕਹਿ ਸਕਦੇ ਹਾਂ ਕਿ ਤੋਹਫਾ ਹੈ, ਜਿਹਦੇ ਵਿੱਚੋਂ 6 ਤੋਂ 10 ਤੱਕ ਦੀ NCERT ਪੇਪਰ ਤੋਂ ਪਹਿਲਾਂ ਥਿਊਰੀ ਮੈਂ ਕਰਵਾਈ ਰਿਹਾ, ਤੇ NCQ ਕਰਵਾਉਣਾ ਇਹ ਮੇਰੀ ਜ਼ਿੰਮੇਵਾਰੀ ਹੈ ਰਾਜੇ। ਇੱਕ ਇੱਕ ਕੁਐਸਚਨ ਜੋ ਪੇਪਰ ਦੇ ਵਿੱਚ ਆਇਆ ਬੋਲ ਕੇ ਦੱਸੂਗਾ। ਵੈਰੀ ਗੁੱਡ, ਸ਼ਾਬਾਸ਼ ਸੀ ਰਾਜੇ, ਬਹੁਤ ਰਾਜੇ, ਬਿਲਕੁਲ ਰਾਈਟ ਆਂਸਰ ਹੈ ਸੀ ਆਪਸ਼ਨ। ਓਕੇ ਰਾਜੇ, ਜਿੱਥੇ ਗੈਰ ਮੁਸਲਮਾਨਾਂ ਨੂੰ ਮੰਦਿਰ ਜਾਂ ਚਰਚ ਬਣਾਉਣ ਦੀ ਇਜਾਜ਼ਤ ਨਹੀਂ ਸੀ, ਉਹ ਜਗ੍ਹਾ ਹੈ ਪਾਕਿਸਤਾਨ, ਸਾਊਦੀ ਅਰਬ, ਚੀਨ ਜਾਂ ਮੋਰੱਕੋ, ਕਰੋ ਇਹਦਾ ਰਾਈਟ ਆਂਸਰ ਕਰੋ। ਵੈਰੀ ਗੁੱਡ, ਸ਼ਾਬਾਸ਼। ਹਾਂਜੀ ਰਾਜੇ, ਸਾਰੀ ਦੀ ਸਾਰੀ ਜ਼ਿੰਮੇਵਾਰੀ NCERT ਦੀ ਮੇਰੀ ਹੈ, ਅਤੇ ਉਸ ਦੇ ਵਿੱਚ ਰਾਜੇ ਮੈਂ ਕੋਸ਼ਿਸ਼ ਕਰੂੰਗਾ ਕਿ ਆਪਦੇ ਤੁਸੀਂ ਜੋ ਭੈਣ ਭਰਾਵਾਂ ਨੇ ਮੇਰੇ 'ਤੇ ਇੱਕ ਉਮੀਦ, ਇੱਕ ਵਿਸ਼ਵਾਸ ਜਿਤਾਇਆ ਹੈ, ਮੈਂ ਉਸ ਵਿਸ਼ਵਾਸ 'ਤੇ ਖਰਾ ਉਤਰ ਸਕਾਂ ਰਾਜੇ। ਚਲੋ ਜੀ, ਇਹ ਰਾਜੇ ਸਾਊਦੀ ਅਰਬ ਦੇ ਵਿੱਚ ਗੈਰ ਮੁਸਲਮਾਨ ਹੈ ਜਿਹੜੇ ਮੰਦਿਰ ਅਤੇ ਚਰਚ ਨਹੀਂ ਬਣਾ ਸਕਦੇ ਸੀਗੇ, ਜਿਹੜੇ ਗੈਰ ਮੁਸਲਮਾਨ ਹੋਰ ਆਪਣੇ ਧਰਮ ਨਾਲ ਸੰਬੰਧਿਤ ਸੀਗੇ, ਉਹਨਾਂ ਨੂੰ ਅਧਿਕਾਰ ਨਹੀਂ ਸੀਗਾ। ਤੁਹਾਡਾ ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਕੁਐਸਚਨ ਨੰਬਰ 7 ਦੇਖੋ ਰਾਜੇ, ਕੁਐਸਚਨ ਨੰਬਰ 7, ਭਾਰਤੀ ਰਾਸ਼ਟਰੀ ਕਾਂਗਰਸ ਨੇ ਕਦੋਂ ਮੰਗ ਕੀਤੀ ਕਿ ਵਿਧਾਨ ਸਭਾ ਵਿੱਚ ਚੁਣੇ ਹੋਏ ਮੈਂਬਰ ਅਤੇ ਬਜਟ ਤੇ ਚਰਚਾ ਕਰਨ ਅਤੇ ਸਵਾਲ ਪੁੱਛਣ ਦਾ ਅਧਿਕਾਰ ਹੋਵੇ? ਵੈਰੀ ਗੁੱਡ, 1875, 1885, 1885, 1845 ਬੱਚੇ, ਕਰੋ ਇਹਦਾ ਰਾਈਟ ਆਂਸਰ ਕਰੋ। ਸ਼ਾਬਾਸ਼, ਗੁੱਡ, ਵੈਰੀ ਗੁੱਡ ਬੱਚੇ।
ਬਿਲਕੁਲ ਰਾਈਟ ਹੈ ਰਾਜੇ, ਤੁਹਾਡਾ ਬੀ ਆਪਸ਼ਨ ਬਿਲਕੁਲ ਸਹੀ ਹੈ। ਦੇਖੋ ਰਾਜੇ, 1885 ਦੇ ਵਿੱਚ, 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਬਣੀ ਸੀ। ਓਕੇ ਰਾਜੇ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਬਣੀ ਸੀਗੀ। ਉਹਨੇ ਕਿਹਾ ਸੀ ਵੀ ਸਾਨੂੰ ਬਜਟ, ਦੇਖੋ ਰਾਜੇ, ਬਜਟ 'ਤੇ ਚਰਚਾ ਕਰਨ ਅਤੇ ਪ੍ਰਸ਼ਨ ਪੁੱਛਣ ਦਾ ਅਧਿਕਾਰ ਹੋਵੇ, ਸਵਾਲ ਪੁੱਛਣ ਦਾ। ਓਕੇ ਰਾਜੇ, ਤੁਹਾਡਾ ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ ਬੱਚੇ, ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਚੁਣੇ ਹੋਏ ਨੁਮਾਇੰਦਿਆਂ ਦੀ ਪ੍ਰਣਾਲੀ ਨੂੰ ਕਿਸ ਅਧਿਨਿਯਮ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਰਾਜੇ? 1909 ਵਿੱਚ ਬਣੇ ਭਾਰਤ ਸਰਕਾਰ ਅਧਿਨਿਯਮ ਦੁਆਰਾ, 1935 ਵਿੱਚ ਬਣੇ ਅਧਿਨਿਯਮ ਦੁਆਰਾ, ਅਤੇ 1947 ਅਤੇ 1861 ਦੇ ਭਾਰਤ ਸਰਕਾਰ ਅਧਿਨਿਯਮ ਦੁਆਰਾ। ਦੱਸੋ ਰਾਜੇ, ਕਿਹੜੇ ਅਧਿਨਿਯਮ ਵਿੱਚ ਮਨਜ਼ੂਰੀ ਦਿੱਤੀ ਗਈ ਸੀ? ਪਿਆਰੇ ਬੱਚੋ, ਸਾਰੇ ਬੱਚੇ ਇਹਦਾ ਆਂਸਰ ਕਰੋ। ਵੈਰੀ ਗੁੱਡ, ਸ਼ਾਬਾਸ਼ ਸਟੂਡੈਂਟ, ਸ਼ਾਬਾਸ਼ ਬੱਚੇ। 1909 ਭਾਰਤ ਸਰਕਾਰ ਅਧਿਨਿਯਮ, ਇਹ ਆਪਸ਼ਨ ਰਾਈਟ ਹੈ ਤੁਹਾਡਾ। ਹਾਂਜੀ ਰਾਜੇ, 17 ਅਕਤੂਬਰ 2024 ਐਕਸਪਾਇਰੀ ਡੇਟ, 5 ਦਸੰਬਰ ETT ਲਈ 2199 ਐਂਡ BEd ਲਈ 2699, PSTET 2024 ਰਿਕਾਰਡਡ ਕਲਾਸਿਸ ETT ਔਰ BEd ਅਚੀਵਰ ਬੈਚ ਜੋ ਸ਼ੁਰੂ ਹੋਇਆ ਹੈ। ਭਾਰਤ ਸਰਕਾਰ ਅਧਿਨਿਯਮ 1909 ਵਿੱਚ ਕਿਹੜਾ ਅਧਿਕਾਰ ਨਹੀਂ ਸੀ? ਵੋਟ ਦਾ, ਆਜ਼ਾਦੀ ਦਾ ਜਾਂ ਧਾਰਮਿਕ ਸੁਤੰਤਰਤਾ ਦਾ? ਕੌਣ ਸਾ ਅਧਿਕਾਰ ਹੈ ਜਿਹੜਾ ਭਾਰਤ ਸਰਕਾਰ ਅਧਿਨਿਯਮ 1909 ਵਿੱਚ ਨਹੀਂ ਮਿਲਿਆ ਹੋਇਆ ਸੀ? ਇਹਦਾ ਤੁਸੀਂ ਆਂਸਰ ਕਰਨਾ ਹੈ। ਬਿਲਕੁਲ ਜੀ, ਵੋਟ ਪਾਉਣ ਦਾ ਅਧਿਕਾਰ ਸਾਨੂੰ ਕਦੋਂ ਨਹੀਂ ਮਿਲਿਆ ਹੋਇਆ ਸੀ? 1909 ਵਿੱਚ ਰਾਜੇ। ਹਾਂਜੀ ਬਿਲਕੁਲ ਜੀ ਬਿਲਕੁਲ, 1919 ਵਿੱਚ ਭਾਰਤ ਵਿੱਚ ਕੀ ਆ, ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਵੂਮੈਨ ਨੂੰ। ਓਕੇ ਰਾਜੇ, ਵੂਮੈਨ ਨੂੰ 1919 ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀਗਾ ਤੇਰਾ। ਹਾਂਜੀ, ਆਮ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕਿਸ ਸਮੇਂ ਕੀਤੀ ਗਈ ਸੀ? ਦੱਸੋ ਰਾਜੇ, ਕਿਸ ਸਮੇਂ ਕੀਤੀ ਗਈ ਸੀ? ਤਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਵਾਜ ਦਾ ਯੂਜਡ ਫੋਰ ਦਾ ਫਸਟ ਟਾਈਮ ਇਨ ਏ ਜਨਰਲ ਇਲੈਕਸ਼ਨ ਇਨ ਵਿਚ ਈਅਰ? ਤਾਂ ਰਾਜੇ 2004 ਵਿੱਚ ਕੀਤੀ ਗਈ ਸੀਗੀ ਰਾਜੇ। ਸਭ ਤੋਂ ਪਹਿਲਾਂ ਇਹ ਕੇਰਲ ਵਿੱਚ ਹੋਈ ਸੀ। ਇਹਦੇ ਕਾਰਨ ਰਾਜੇ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਕਿ ਕਿੰਨੇ ਜਿਹੜੇ ਰੁੱਖਾਂ ਦੀ ਬਚਤ ਹੋਈ ਆ। ਤਾਂ ਰਾਜੇ ਤੁਸੀਂ ਯਾਦ ਰੱਖਿਆ ਜੇ 1.5 ਲੱਖ ਜਿਹੜੇ ਰੁੱਖ ਹੈ ਉਹ ਬਚਾਏ ਗਏ ਸੀਗੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਸ਼ੁਰੂਆਤ ਕਰਕੇ। ਰਾਜੇ 3 ਵਾਰ PSTET ਦੇ ਵਿੱਚ ਇਹ ਕੁਐਸਚਨ ਛਪ ਚੁੱਕਿਆ ਹੈ ਪਿਆਰੇ ਬੱਚੋ। ਤਾਂ ਵਾਰ ਵਾਰ ਇਹ ਕੁਐਸਚਨਾਂ ਦੀ ਪ੍ਰੈਕਟਿਸ ਕਰਨ ਦਾ ਮਤਲਬ ਇਹੀ ਹੈ ਕਿ NCERT ਦਾ ਜਦੋਂ ਵੀ ਕੋਈ ਪੇਪਰ ਦੇ ਵਿੱਚ ਕੁਐਸਚਨ ਆਇਆ ਮਿਲਦਾ ਹੈ, ਮੈਂ ਤੁਹਾਡੇ ਸਾਹਮਣੇ ਰੂਬਰੂ ਜ਼ਰੂਰ ਕਰਦਾ ਡੀਆਰ। ਆਪਣੇ ਬਾਕੀ ਸਾਥੀਆਂ ਤੱਕ ਵੀ ਇਸ ਕਲਾਸ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਨਾ ਭੁੱਲਣਾ ਰਾਜੇ। ਸਭ ਨੂੰ ਹੈਪੀ ਦੀਵਾਲੀ ਡੀਆਰ, ਇੱਕ ਵਾਰ ਫਿਰ ਤੋਂ ਗ੍ਰੀਨ ਦੀਵਾਲੀ। ਓਕੇ ਜੀ, ਸੇਫ ਦੀਵਾਲੀ ਐਂਡ ਸਕਸੈਸਫੁੱਲ ਦੀਵਾਲੀ। ਓਕੇ ਰਾਜੇ, ਮਿਲਦੇ ਹਾਂ ਜੀ ਕੱਲ੍ਹ ਫਿਰ ਆਪਾਂ 7:05 'ਤੇ ਨੈਕਸਟ ਸੈਸ਼ਨ ਦੇ ਵਿੱਚ, ਜੋ ਆਪਣਾ ਪੋਲਿਟੀ ਦਾ ਸੈਸ਼ਨ ਨੰਬਰ 35 ਰਹੂਗਾ, 35 ਨੰਬਰ ਸੈਸ਼ਨ ਰਹੂਗਾ। ਅਤੇ ਕੱਲ੍ਹ ਤੱਕ ਆਪਾਂ 10ਵੀਂ ਕਲਾਸ ਤੱਕ ਦੀ NCERT ਦਾ ਹਰ ਚੈਪਟਰ ਪੂਰਾ ਕਰ ਚੁੱਕੇ ਹੋਵਾਂਗੇ। ਧੰਨਵਾਦ ਡੀਅਰ ਸਾਰਿਆਂ ਦਾ ਤੁਹਾਨੂੰ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।